कोई ना दिन्ना पैसे तो आप इसे काट दे के नहीं टिक जा टिक जा तो खड़ जा तो खड़ जा सुनीता सुनीता हां जी हां सुनता नहीं है क्या सुनता मैं बोली तो नहीं आए कहंदा जी मैं ता की कहंदे ती दसोगे भी कुछ जे तू बोलन दे भी ता ही दसूंगा जे किताब बोली जांदी चल मैं चुप्पा तुसी सुनाओ हां आए कहंदा जी रात के ना लेट आई थी खेत अच्छा छारी गिरी फुल होगी अच्छा हाँ बहुत बढ़िया होया हाँ रे पाने अच्छा मैं जाके पानी तो नहीं देखना किसी पछे टूटना गया होवे तू आए करी हाँ। रोटी लेके मैं जा सदे हाँ जी मैं कह दी रोटी तैयार है 10 मिनट खड़ जो रोटी खा के वग जी तुसी ले रोटी तो चल मैं खा के वग जांदा रे कौन पाऊगा फिर भी तेनू खेत आना पऊ ना मैनू जरूरी है उत्थे भी गारे चो करना गा बाड़ना जीरी च तुसी ऐ करो जट्टा नू पुछ लो हां लड़न तू बग जाए कर फिर मनान वास्ते मैं जाए करना जट्टा लवे आ काम नहीं चलता है क्या तू सीधी होके रोटी लेके खेत आ जी चल मैं पूछूंगा जे मन्ने जे ना मन्ने फिर पाना तो पऊगा रे बिना नहीं सादा चलो ठीक है जी मैं रोटी बना के सनेहा काम नवेड़ के हुण आ जाऊंगी थोड़े पीछे हां देख ले किवें कर लिया मुंह और धुप तो देख लो कैनी आ हां धुप तो फिर होऊगी लड़न वक्त उदो भी धुप दी उते जाके जफ्फा पा ले जट्टा नाल ਸਾਡੇ ਖੇਤ ਚ ਨਾ ਆਏ ਨਾ ਕਰੀਓ ਬਾਹ ਨਾ ਕਰੀਓ ਫਿਰ ਮੈਨੂੰ ਕੀ ਪਤਾ ਸੀ ਗਾਏ ਹੁਣ ਤੁਸੀਂ ਮੇਰੇ ਨਾਲ ਲੜਨ ਲੱਗ ਜੋ ਰੇ ਚੱਲ ਛੇਤੀ ਆ ਜੀ ਰੋਟੀ ਲੈ ਕੇ ਠੀਕ ਆ ਮੈਂ ਕੰਮ ਨੂੰ ਵੇੜ ਕੇ ਆਉਣੀ ਆ ਬੈਠੇ ਤਾਂ ਹੈਗੇ ਜੱਟ ਕਿਤੇ ਉਹੀ ਨਾ ਗੱਲ ਪੈ ਜੇ ਚੱਲ ਪੁੱਛਦੇ ਆ ਪੁੱਛਣ ਚ ਤਾਂ ਨਹੀਂ ਹੱਜ ਜਾਏਗਾ ਕੋਈ ਹੋਰ ਭਾਈ ਅਮਰਤ ਕੀ ਹਾਲ ਹੈ ਠੀਕ ਆ ਭਾਈ ਠੀਕ ਆ ਐ ਕਹਿੰਦਾ ਜੀ ਹਾਂ ਦੱਸ ਦੇਖ ਰਾਤ ਲੈਟ ਚੱਲ ਗਈ ਡਬਲ ਵਾਰੀ ਫਿਰ ਮੈਂ ਕੀ ਕਰਾਂ ਜੇ ਚੱਲ ਗਈ ਲੈ ਭਾਈ ਤੈਨੂੰ ਦੱਸਦੀ ਆ ਉਹ ਫਿਰ ਉਹ ਤਾਂ ਮੈਨੂੰ ਵੀ ਪਤਾ ਮੇਰੀ ਵੀ ਚੱਲੀ ਆ ਦੱਸਣ ਵਾਲੀ ਕੀ ਗੱਲ ਐ ਚਾ ਓਏ ਐ ਕਹਿੰਦਾ ਦੀ ਉਹ ਕਹੇਗਾ ਵੀ ਕੁਸਾ ਐ ਕਹਿੰਦਾ ਦੀ ਐ ਕਹਿੰਦਾ ਦੀ ਕਰੀਆਂ ਨਾ ਔਰ ਰੇ ਪਾਣ ਵਾਲਾ ਫਿਰ ਪਾ ਲਾ ਲੈ ਭਲੇ ਮਾਂਛ ਤੂੰ ਐ ਦੱਸ ਸੋਥੋਂ ਬਿਨਾ ਮੈਂ ਕਦੇ ਰੇ ਪਾਏ ਸਾਥੋਂ ਬਿਨਾ ਹੋਰ ਤੁਸੀਂ ਨਾਲ ਤਾਂ ਪਵਾਨੇ ਹੁੰਨੇ ਹੋ ਉਹ ਫਿਰ ਐਕਦੀ ਤਾਂ ਤੈਨੂੰ ਆਪੇ ਪਾਣਾ ਪਊਗਾ ਓ ਭਾਈ ਤੈਨੂੰ ਪਤਾ ਤਾਂ ਹੈਗਾ ਦੇਖ ਮੈਨੂੰ ਇੰਨਾ ਕਿੱਥੇ ਭੇਤ ਹੈ ਮੈਂ ਵਿਚਾਲੇ ਲੱਗ ਜਾਣਾ ਦੀ ਕਦੇ ਮੁੱਠੀ ਇੱਧਰੋਂ ਆ ਗਿਆ ਦਾਣਾ ਇੱਧਰੋਂ ਆ ਗਿਆ ਜੇ ਇਕੱਲਾ ਪਾਉਂਗਾ ਫਾਂਟਾਂ ਪੈ ਜਾਣਗੀਆਂ ਸਾਰੀ ਜੀਰੀ ਮੱਚ ਜੂ ਉਹ ਫਿਰ ਅਸੀਂ ਕੀ ਕਰੀਏ ਤੁਸੀਂ ਕੀ ਕਹਿੰਦੇ ਨਾਲ ਰੇਪ ਵਾ ਕੇ ਉਹ ਗਮੰਡੀ ਦਾ ਕੀ ਸਾਰਾ ਹੁੰਦਾ ਉਹ ਵੀ ਤੇਰੇ ਹੋਰ ਅਸੀਂ ਕਿਉਂ ਬਾ ਉਹ ਤੇਰੇ ਬਿੱਲੇ ਰਾਮਾ ਉਹ ਟਾਈਮ ਗਏ ਉਹ ਭਾਈ ਤੂੰ ਦੇਖ ਐ ਨਾ ਗੁੱਛਾ ਗਿੱਲਾ ਕਰ 100 ਵਾਰੀ ਲੜਦੇ ਆਂਦੀ ਗਮੰਡੀ ਫਿਰ ਇਹਦਾ ਮਤਲਬ ਇਹ ਥੋੜੀ ਆ ਵੀ ਟੁੱਟ ਗਈ ਬਹਿ ਜਾਓ ਉਹ ਮੇਰੀ ਗੱਲ ਸੁਣ ਲੈ ਤਾਂ ਬੀੜੀ ਵੱਟਾ ਕਰਿਆ ਦੀ ਆ ਕਿਹੜੀਆਂ ਦਾ ਮੇਰੇ ਨਾਲ ਬੀੜੀਆਂ ਲਵਾਈਆਂ ਨੇਗੀਆਂ ਉਹਦਾ ਜਵਾਬ ਦੇ ਪਹਿਲਾਂ ਮੈਂ ਤੂੰ ਮੈਨੂੰ ਉਹ ਫੇ ਹੁਣ ਵੱਧ ਕਰਾ ਲਈ ਕੰਮ ਪਤਿੰਦਰਾ ਤੂੰ ਤਾਂ ਉਹੀ ਗੱਲ ਪਈ ਜੰਨਾ ਉਹ ਵੀ ਤੂੰ ਹਾਂ ਵੱਧ ਕਰਾ ਦੇਗਾ ਕੰਮ ਹੋ ਲੈ ਉਹੀ ਤੇ ਨਾ ਮਰ ਜਾ ਤੇਰੀ ਭਜਾਈ ਕੀ ਲੜਪੀ ਤੂੰ ਤਾਂ ਉਹੀ ਰੁੱਸ ਕੇ ਬਹਿ ਗਿਆ ਉਹ ਜਾਣਦਾ ਮੈਂ ਤੈਨੂੰ ਜਾਣਦਾ ਟਕ ਯਾਰ ਮੈਂ ਨਹੀਂ ਕੋਈ ਰੇਰੂ ਪਵਾਉਂਦਾ ਤੇਰਾ ਜਾ ਆਪਦਾ ਕੰਮ ਲੱਗਾ ਚੱਲ ਭਾਈ ਉਹਦੇ ਦਾ ਤੋਰਤੀ ਲੜਨ ਵਾਸਤੇ 100 ਕੁਸ ਬੋਲ ਕੇ ਗਈ ਸਾਨੂੰ ਉਹ ਮੈਂ ਨਹੀਂ ਤੋਰੀ ਮੈਂ ਤਾਂ ਬੋਦੇ ਨਾਲ ਲੜਿਆ ਵੀ ਮੂੰਹ ਚੱਕ ਕੇ ਬਾਗੀ ਹੈ ਕਿੱਥੇ ਛੱਡਾਂ ਦੀ ਕਮਾਂਡੀ ਬਣਾ ਸਾਨੂੰ 100 ਕੁਸ ਬੋਲੀ ਮੇਰੇ ਬਿੱਲੇ ਰਾਮ ਦੇ ਮਾਂਗਰ ਪੈ ਗਏ ਡੰਡੇ ਲੈ ਕੇ ਪੈ ਗਏ ਫਲਾਣਾ ਲੈ ਕੇ ਪੈ ਗਏ ਅਸੀਂ ਤਾਂ ਪਏ ਦਾ ਸੱਪ ਦੇ ਮਾਂਗਰ ਤੇ ਤੇਰੀਆਂ ਅੱਖਾਂ ਬੁੱਟੀਆਂ ਹੋਈਆਂ ਤੇ ਇੰਨਾ ਕਦਾ ਤੈਨੂੰ ਦਿਖਣਾ ਚਾਹੀਦਾ ਦੀ ਆ ਚੱਲ ਭਾਈ ਤੇਰੀ ਮਰਜ਼ੀ ਹੈ ਮਰਜ਼ੀ ਆ ਤੇਰੀ ਚੱਲ ਨਾ ਕਿਹਾ ਸੂਰੇ ਨਹੀਂ ਮੁੜ ਕੇ ਭਾਈ ਚੱਕੇ ਚੁੱਕੇ ਦਾ ਮਾਂ ਦੇਖ ਹੈ ਹਾਂ ਆਂਡੀ ਗਵਾਂਡੀ 100 ਵਾਰੀ ਕੰਮ ਆਂਦਾ ਕਦੇ ਤੈਨੂੰ ਵੀ ਲੋੜ ਪੈ ਸਕਦੀ ਹੈ ਹਾਂ ਤੋਰਤੀ ਉਰੇ ਹਾਂ ਜੇ ਆਪੇ ਗੱਲ ਪੈ ਜੂ ਇਹਨਾਂ ਦੇ ਮੈਂ ਤਾਂ ਪਹਿਲੀ ਕਹਿ ਦੀ ਬੇਸ਼ੂਰੀ ਨੂੰ ਐਨ ਬੇਇੱਜ਼ਤੀ ਕਰਾ ਕੇ ਖੜਦੀ ਹੈ ਦੇਖੀ ਮੈਂ ਆਟਾ ਹੀ ਜੱਟ ਨੇ ਕਿਵੇਂ ਧੱਕਾ ਦਿੱਤਾ ਲੈ ਦੱਸ ਆਕੜ ਤਾਂ ਪੂਰੀ ਰੱਖਦਾ ਵੀ ਇਹਨੂੰ ਪੁੱਛਣ ਵਾਲਾ ਹੋਵੇ ਹੈ ਚੱਲ ਮਲਕੀਤ ਲਵੇ ਲੈ ਮਲਕੀਤ ਲਵੇ ਜਾ ਕੇ ਕੀ ਕੱਢੇਗਾ ਚੱਲ ਉਕੇਰਾਂ ਜਾ ਆਉਂਦੇ ਹਾਂ ਪਰ ਉਹ ਤਾਂ 2-1 ਦੰਦ ਦੀ ਤੋੜੀ ਖਾਂਦੇ ਨੇ ਇੱਕ ਮੁੱਠ ਦੇ ਤਾਂ ਇਕੱਠੀ ਚਾਹ ਕਰਦੇ ਨੇ ਇੱਕੇ ਭਾਂਡੇ 'ਚ ਬਹਿ ਕੇ ਪੀਂਦੇ ਨੇ ਬਖਸ਼ਦਾ ਤੈਨੂੰ ਉਹ ਵੀ ਨਹੀਂ ਚੱਲ ਹਲ ਤਾਂ ਚਤਲੇ ਲਵੇ ਵੀ ਜਾਣਾ ਸੀ ਪਰ ਚਤਲਾ ਤਾਂ ਇਹਨਾਂ ਦਾ ਵੀ ਚੜ੍ਹਦਾ ਚੰਦਾ ਇਹਨਾਂ ਨਾਲੋਂ ਵੀ ਉਹਦੇ ਕਿਹੜਾ ਕੋਈ ਰਨ ਕਰਨਾ ਮਨ ਕਰੇ ਤਾਂ ਸਿੱਧੀ ਡਾਂਗੇ ਮਾਰੇ ਚੱਲ ਉਹਦੇ ਲਵੇ ਤਾਂ ਫਿਰ ਦੇਖਾਂਗੇ ਮਲਕੀਤ ਲਵੇ ਕਿਹੜਾ ਜਾ ਆਉਂਦੇ ਹਾਂ ਜਿੱਥੇ ਇਹਨੇ ਕਰਤੀ ਉਹ ਕਰ ਦੂ ਉਹ ਕੀ ਇਲਾਜ ਹੈ ਮਲਕੀਤ ਮੈਂ ਤਾਂ ਤਿਲ ਵੀ ਆਂਦਾ ਸੀ ਮੋਟਰ ਤੇ ਅੱਛਾ ਲਾਲਾ ਕਿਉਂ ਕੰਮ ਚ ਹੀ ਥੋੜਾ ਜਾ ਕੀ ਕੰਮ ਤਾਂ ਗਾਉਂ ਪੰਨਾ ਵੇਚ ਜਾਉਂ ਉਹ ਨਾ ਮਲਕੀਤ ਪਹਿਲਾਂ ਵੀ ਬਹੁਤ ਕਰ ਗਿਆ ਤੂੰ ਲਾਲਾ ਮਰਨ ਵਾਲਾ ਇਹੀ ਜੀ ਗੱਲ ਨਹੀਂ ਭਾਈ ਮਲਕੀਤ ਹਾਂ ਲਾ
चल कोई ना भाई ये मूंगी का टाइम है मूंगी बीजूगी। अच्छा हाँ मन मूंगी नाले महंगी बिकती है जीरी नो तो जीरी तो मन करे गह पुछन भी ना। रात डबल बारी थी पानी भर रहा जीरी च फुल। अच्छा हां मलकीत बेला नहीं हैगा लाला। ले भाई तू तो ऊं गुच्छा कर गया कहना बेला नहीं हैगा मैं करा दू पतेंद्र तेरे कम जिते बहाने पा दिए हूं इस तरह हूं करावगा। चल भाई तेरी मर्जी है मलकीत देखा मर्जी तो लाला तेरे नाले है आंधी कमांडी ते कहूं है तेनू जद दिखे मलकीत और तेनू आंधी कमांडी कम आना हुंदा है मलकीत ते तू मेरी गल मान ले मेरे रे पवाया मैं तेरे पवा लाला यार रास्ता पे अपना जा। चल भाई तेरी मर्जी है ले देख ले हुन जे जा दे दे ना पंगे लेंदे मन करे ओदे मगुए मारदा धक्का भी जा डंडी लग। चल ओहो गर्मी भी वाली हो रही है हैं रे रू पाते तो कितने भी नहीं कोई नजर आता है मैनू तो ना इधर दिखते ने बूमा मर जा कि मैनू इन्हें रे च पसा लेना बड़ा पंगा छिड़िया। चल देख दी है जाके मैं तो कोई भी नहीं ना सोकी दबाई नजर आता कि भी रे उ पा ले वो भी मैनू उड़ीकता होना। ला देख ला कि मैं पाए लग रहे लत्त मारना की गल है थोड़े लत्त च की बढ़ रहा है होना लत्त नहीं मारदा जोगा करदा ती हूँ जोगे का टाइम आगा बारह बजे पे ने बूमा मर जा रे भी सारा अंदर पेगा कोठे च तुम रे रू नहीं खड़े आया है क्या? ले मैं हूँ तिकर तो पानी सामे सारे आले दुआले दस किलिया ने गेड़ा दिता खड्डा खुडा बंद करिया फिर रे तो खड़े आना ती ए किमें सर जूगा तू तो दोनों हथ ते हथ धरी बैठेगा ऐ नहीं सरदा है क्या? ले गल सुन ले अज तिकर मैं किन्ना करे पाए दो चार जट होंगे थे बिच कफांट मैं ला दिता थी पता नहीं लगता थी चार दाने इधरों आ गए इधरों आ गए फिर तू जाया होंगे ना लवे। हाँ जे कला रे पान लग जाता सारी फूक दूंगा जीरी मसा तो हरी करी है फिर तुम जाया आंदे जी ना लवे तेरे पास मैं गई नहीं जाके आई थी। हाँ जाके आई थी फिर की कहते जट तो चारे पैर चाके पै गए। अच्छा हाँ कहते हूँ कम वक्त असी देख गए जो तेरे घर आई आ लड़ती थी कहती साढ़े खेत च पैड़ ना दी हूँ असी चंगे हो गए। वो मैं मर जा फिर हूँ की बनूंगा हूँ की बनूंगा सीधी हो गए पहले तो थैले ढो कितने लगे जाने थैले हूँ जेडे किलिया च पाने हूँ उदो तो झोलिया पर पैन नहीं लगे दस किलिया च ये भी पंगे ही है पहले तो थैले ढो दे उदू बाद फिर मैं झोलिया पर दे जाऊंगा तू पा दी भी पा दूंगी मैं रे है रे पा दूंगी मैं रोटी किमें खा लेनी है रे तो पाना औखा है जी मैं रे कितों पा लूंगी पहला नाले एडा वड्डा थैला चक लूंगी मैं ना फिर तेरे पास लड़ना सौखा है लड़की आई थी जो ये भी पंगा चल देख लो थैला चुका के चल आप देख लें पहला खड़ा के रे चल फिर होर आ जा रोटी फेरे खाओ रोटी फेर खा लो मैं तेन थैला चुका उधर पाले किलिया के नहीं दे गया सारे थैले फिर उत्थे कहना वो मत्थी खोल के पा लिया करा काय थैले चकने ने है काय दस किले ने दस थैले चकने ने एक एक दो चुका दिए सारे की जरूरी बने हुए ने भी सारी चुकाने ने पहले सारे देख लै फिर नाल दी नाल पाई जाई चलो देख लो फिर आज चुका दो चल आ जा हुन हुन कहनू पैर पिछे नु खिचदी है इन्ना बारी दा लग में चक्कूंगी भला मैं हां चक्कूंगी ओदे ते तिन ताए होना भी 12 बजे बग जूंगी ओदे नु जट्टा नु लाके रे पवा दूंगा आ सारे थैले जा लेके जाने ने हुन जट समझदार हो गए हुन किधरे नहीं होंगलां ते नचदे लै छेती कर पा हाथ पूरे गल्ला ला लिया ਚੱਕਰ ਦਾ ਕੋਈ ਨਹੀਂ ਜਾਂਦਾ ਹੈਗਾ ਜੋਰ ਲਾ ਲਾਈ ਤਾਂ ਜਾਂਦੀ ਹੈ ਜੋਰ ਲਾ ਦੇਖ ਲੈ ਤੂੰ ਮੇਰਾ ਵੀ ਜਿੱਦ ਇਕੱਠਾ ਕਰਾਵੇਂਗੀ ਜੋਰ ਲਾ ਕੀ ਚੱਕ ਚੱਕਰ ਨਹੀਂ ਜਾਂਦਾ ਜੀ ਭਾਰੀ ਹੈਗਾ ਜੋਰ ਲਾ ਜੀਬ ਕਿਵੇਂ ਚੱਲਦੀ ਹੈ ਚੱਕ ਹਾਏ ਹਾਏ ਮਾਰੇਗਾ ਦੋਸਤ ਮੈਨੂੰ ਥੱਲੇ ਕਰ ਲੈ ਸਿਰ ਕਰ ਲੈ ਥੱਲੇ ਕਰ ਲੈ ਛੱਡ ਦੋ ਛੱਡ ਦੋ ਹਾਂ ਲੈ ਗੱਲਾਂ ਮਾਰ ਦੀ ਸੀ ਹੁਣ ਪਤਾ ਲੱਗੂਗਾ ਲੈ ਦੇਖ ਲੈ ਹੁਣ ਤੱਕ ਕਿ ਥੈਲਾ ਦੇਖ ਕੇ ਨਹੀਂ ਆਈ ਕਿਹੜੇ ਹਲੇ ਨੌ ਥੈਲੇ ਹੋਰ ਢੋਣੇ ਪਏ ਨੇ ਬਾਰਾਂ ਇੱਕ ਤਾਂ ਪਹਿਲੀ ਵੱਜ ਰਿਹਾ ਦੇਖ ਲੈ ਕਿਵੇਂ ਆਉਂਦੀ ਹੈ ਸ਼ਰਾਬੀਆਂ ਮੰਗੂ ਜਿਹੜੇ ਖਾਂਦੀ ਹੈ ਜੀ ਹਾਂ ਮੈਨੂੰ ਤਾਂ ਚੱਕਰ ਆਉਣ ਲੱਗ ਗਏ ਹਲ ਤਾਂ ਥੈਲੇ ਦੇਖ ਕੇ ਦੇਖ ਕੇ ਹੀ ਹੈ ਨੌ ਉਰੇ ਪਏ ਨੇ ਪਹਿਲੀ ਤਾਂ ਚੱਕਰ ਆਉਣ ਲੱਗ ਗਏ ਪਾਣੀ ਪਿਆ ਦਿਓ ਇੱਕ ਗਲਾਸ ਪਾਣੀ ਦਾ ਲਿਆ ਦਿਓ ਪਾਣੀ ਤਾਂ ਤੈਨੂੰ ਮੈਂ ਲਿਆ ਦਿੰਦਾ ਪਰ ਫਟਾਫਟ ਰੇਟ ਉਹ ਪਾਣਾ ਵੀ ਹੈ ਹਲੇ
ਹੁਣ ਦੇੜੇ ਤੇੜੇ ਆ ਹੋ ਡੇ ਕੇ ਆਈਆਂਗੀ ਚੱਲੇ ਨਾ 2 ਕਿਲਿਆਂ ਦੀ ਵਾਹੀ ਤੇ ਬੜਾ ਪੰਗਾ ਛੜਿਆ ਉਹਾਂ ਮਰ ਜਾ ਤਿੰਨੇ 9 ਥੱਲੇ ਪਏ ਨੇ ਜਾਂਦੀ ਜਾਣਗੇ ਲੈ ਨਾਲੇ ਗੱਲ ਸੁਣ ਲੈ 12:30 ਵੱਜ ਗਏ ਠੀਕ ਹੈ ਜੀ ਹਾਂ ਟਾਈਮ ਨਾਲ ਪਾਣਾ ਵੀ ਹੈ ਹੱਥਾਂ ਦੇ ਥਟੋ ਹੀ ਨਹੀਂ ਗਿਆ ਛੇਤੀ ਪੀ ਲੈ ਪਾਣੀ ਆਏ ਹਾਏ ਜਾਨ ਜੀ ਆ ਗਈ ਮੇਰੇ ਤਾਂ ਜਾਨ ਆ ਗਈ ਤਾਂ ਚੱਕ ਥੱਲਾ ਜਾਨ ਆ ਗਈ ਤੇ ਚੱਕੀ ਥੱਲਾ ਹਰ ਜੋ ਆਏ ਇਹ ਕਾਹ ਤੋਂ ਕਰਦੇ ਹੁੰਦੇ ਇਹਨੂੰ ਜਾਮ ਗਿਆ ਸਿਰ ਚ ਕਰੂਗਾ ਫੇਰਾ ਕਰਦਾ ਹਲੇ ਕਹਿੰਦੀ ਕੀ ਕਰਦੇ ਨਾ ਚੱਲ ਚੁਕਾ ਦੋ ਫਟਾਫਟ ਚੁਕਾ ਦੋ ਕੱਲਾ ਸਿਰ ਚੱਲੇ ਬਸ ਛੱਡ ਦੋ ਤੂੰ ਤਾਂ ਮੈਨੂੰ ਮੇਰਾ ਵੀ ਢਿੱਡ ਇਕੱਠਾ ਕਰਾਵੇਂਗੀ ਓਹੋ ਲੈ ਬੈਠ ਲੈ ਦੇਖ ਲੈ ਦੋ ਥੈਲਿਆਂ 'ਚ ਅੱਧਾ ਘੰਟਾ ਲਾਤਾ ਇਹ ਹਿਸਾਬ ਨਾਲ ਕਿਹਦੇ ਢੋਗੀ ਰੇ ਆ ਜਾ ਨਾ ਤੁਸੀਂ ਤਾਂ ਉਰੀ ਬੈਠੇ ਬੁੜਬੁੜ ਕਰੀ ਜਾਂਦੇ ਹੋ ਮੇਰੀ ਗੱਲ ਸੁਣੋ ਜੀ ਚਾਤਰਾ ਨਾ ਰਿਕਸ਼ਾ ਰੇੜੀ ਜੀ ਨਹੀਂ ਆਉਂਦਾ ਗਾ ਉਹਨੂੰ ਕਹਿੰਦੇ ਡੇਗ ਕੋ 4 ਕ ਥੈਲੇ ਨਾ ਤੂੰ ਮੈਨੂੰ ਆਏ ਦੱਸ ਹੋ ਰਿਕਸ਼ਾ ਰੇੜੀ ਉਹ ਜਹਾਜ਼ ਤਾਂ ਨਹੀਂ ਹੈਗਾ ਵੀ ਜਿਹੜੇ ਜਿੱਥੇ ਦਾ ਥੈਲਾ ਲਾਣਾ ਉੱਥੇ ਲਾਇਆ ਹੋਊਗਾ ਵੀ ਡੇਗ ਨਹੀਂ ਸਕਦਾ ਉਹ ਆਏ ਨਹੀਂ ਦੇਖਦਾ ਹੈਗਾ ਤੂੰ ਸਿਰ ਕਰ ਇੱਧਰ ਸਿੱਧੀ ਹੋ ਕੇ ਚੱਕ ਥੈਲਾ ਬੜਾ ਪੰਗਾ ਛੇੜਾ ਚਲ ਆ ਚੁਕਾ ਦੇ ਇੱਧਰ ਲਾ ਇਹ ਚ ਕਿਹੜਾ ਰੇ ਘੱਟ ਚੱਕਣੇ ਤਾਂ ਸਾਰੇ ਪੈਣਗੇ ਹੋ ਤੈਨੂੰ ਲੈ ਚੁਕਾ ਦੋ ਹੁਣ ਤੇਰੇ ਸਿਰ ਚ ਕੱਢੂਗਾ ਆਏ ਥੈਲੇ ਦੇ ਕਹਿਣਾ ਲੈ ਛੇਤੀ ਕਰ ਬੱਟਾ ਉੱਤੇ ਕਿਹੜਾ ਤੁਰਿਆ ਜਾਂਦਾ ਗਾ ਹਾਏ ਪਤਾ ਨਹੀਂ ਕੀ ਹੋ ਗਿਆ ਹਾਏ ਅੱਖਾਂ ਤੋਂ ਦੇਖਣ ਵੀ ਅਟ ਗਿਆ ਲੈ ਕਿੰਨਾ ਟਾਈਮ ਹੋ ਗਿਆ ਹਾਲੇ ਤੱਕ ਨਹੀਂ ਆਈ ਹੈਗੀ ਲੈ ਬਿੱਲੇ ਰਮ ਤੂੰ ਵੀ ਉਰੀ ਚਿੱਤੇ ਇੱਧਰ ਹੀ ਬੈਠਾ ਦੇਖ ਤਾਂ ਲੈ ਕਿਤੇ ਊਈ ਨਾ ਦੌਰਾ ਦੂਰਾ ਪੈ ਗਿਆ ਹੋਵੇ ਬਾਹਰ ਡਿੱਗੀ ਹੋਵੇ ਚੱਕਰ ਆ ਕੇ ਕਹਿੰਦੀ ਤਾਂ ਹੈਗੀ ਤੀ ਚੱਕਰ ਆਉਂਦੇ ਨੇ ਥੈਲਾ ਦੇਖ ਕੇ ਆਈ ਤੀ ਲੈ ਚੱਲ ਗੇਰਾ ਦੇਖ ਉਹਨੂੰ ਲੈ ਉਹ ਭਈਆ ਡਿੱਗੀ ਕਿਹੜਾ ਪਾਊਗੀ ਰੇ ਹੋਰ ਨਾ ਘਰ ਪਹੁੰਚਦੇ ਸੁਣਦਾ ਨਹੀਂ ਸੁਣਦਾ ਨੀ ਕੀ ਹੋ ਗਿਆ ਤੈਨੂੰ ਲੈ ਸ਼ਾਂਤ ਚੱਲਦੇ ਨੇ ਐਂ ਕਰ ਇਹਨੂੰ ਚੱਕ ਹੀ ਲੈ ਚੱਲ ਹੁਣ ਕੋਠਾ ਖਾਸੀ ਦੂਰ ਹੈ ਨਾ ਪਾਣੀ ਲਿਆ ਡੋਗਰਾ ਸੁਣਦਾ ਨੀ ਖਲੀ ਹੋ ਜਾ ਖਲੀ ਹੋ ਜਾ ਉਹਦੇ ਤਾਂ ਲਾਦੀ ਫਿਰਦੀ ਤੀ ਜੱਟਾਂ ਨਾਲ ਹੈ ਹੁਣ ਚੱਲ ਖੜੀ ਹੋ ਚੱਕਰ ਆਉਂਦੇ ਨੇ ਜੀ ਚੱਕਰ ਤਾਂ ਆਣਗੀ ਜਦੋਂ ਜੱਟ ਖੇਤ ਆਉਂਦੇ ਤਾਂ ਉਹ ਤਾਂ ਜਰੇ ਨੀ ਗਏ ਹੁਣ ਚੱਕਰੇ ਆਣਗੇ ਚੱਲ ਮੈਨੂੰ ਤਾਂ ਦਿਖਦਾ ਨਹੀਂ ਅੱਖਾਂ ਤੋਂ ਕੋਈ ਨਾ ਆ ਜਾ ਇੱਥੇ ਪਾਣੀ ਪੂਣੀ ਪਿਆਉਂਗਾ ਇੱਧਰ ਕਿੱਧਰ ਮੂੰਹ ਚੱਕੇ ਖਿਆ ਪੁੱਠੇ ਪਾਸੇ ਇੱਧਰ ਆ ਜਾ ਖੇਤ ਜਾਣਾ ਚੱਲ ਉੱਧਰ ਦੇਖ ਲੈ ਕਿਵੇਂ ਖਾਂਦੀ ਆ ਸ਼ਰਾਬੀਆਂ ਮੰਗੂ ਕੀੜੇ ਉਰੇ ਬਹਿ ਜਾ ਬਹਿ ਜਾ ਪਾਣੀ ਲਿਆ ਦੇ ਹਾਂ ਉਰੇ ਕੋਈ ਨਾ ਲਿਆਣਾ ਪਾਣੀ ਹਾਏ ਲੈ ਦੇਖ ਲੈ ਫੇਰ ਡਿੱਗੀ ਖੜੀ ਹੋ ਜਾ ਖੜੀ ਹੋ ਜਾ ਇਹ ਆ ਖੜੀ ਹੋ ਜਾ ਖੜੀ ਹੋ ਲੈ ਪਾਣੀ ਪੀ ਲੈ ਠੀਕ ਹੈ ਹੁਣ ਹਾਂਜੀ ਠੀਕ ਆ ਲੈ ਦੇਖ ਲੈ ਹੁਣ ਇਹ ਆਲ ਮਾਲ ਹੋ ਗਈ ਹਲ ਤਾਂ ਤੇ ਰੇਹ ਦੇ ਥੈਲੀ ਢੋਏ ਨੇ ਹਲੇ ਪਾਣਾ ਤਾਂ ਸਾਰਾ ਪਿਆ 10 ਕਿੱਲਿਆਂ ਚ ਰੇ ਠੀਕ ਆ ਜੀ ਮੈਂ ਕੁਛ ਨਹੀਂ ਹੋਇਆ ਤਾਂ ਬਸ ਮੇਰਾ ਪੈਰ ਮੁਸ ਗਿਆ ਸੀ ਉੱਥੇ ਅੱਛਾ ਪੈਰ ਮੁਸ ਗਿਆ ਜਦ ਇੱਕੋ ਲੱਖ ਤੇ ਜੇ ਉਵੇਂ ਪਤਾ ਨਹੀਂ ਕੀ ਹੋ ਗਿਆ ਚੱਕਰ ਜਾ ਗਿਆ ਚੱਕਰ ਜਾ ਕੇ ਡਿੱਗ ਪਈ ਗੌਰ ਨਾਲ ਉਹ ਕਰਿਆ ਕਰ ਨਾ ਨਾ ਲੈ ਕਰ 5-4 ਮਿੰਟ ਦਮ ਲੈ ਲੈ ਫਿਰ ਪਾਣ ਲੱਗ ਜੀ ਮੈਂ ਥੈਲੇ ਖੋਲੀ ਜਾਊਂਗਾ ਨਾਲੇ ਝੋਲੀ ਚ ਰੇ ਪਾ ਦਿਆ ਕਰੂੰਗਾ ਹਾਂ ਠੀਕ ਆ ਜੀ ਬਸ ਮੈਂ ਠੀਕ ਆ ਮੈਂ ਥੋੜੀ ਦਵਦੀ ਆਂਗੀ ਉਹ ਤਾਂ ਉਵੇਂ ਬਸ ਚੱਕਰ ਜਾ ਗਿਆ ਠੀਕ ਆ ਮੈਂ ਜਮੇ ਠੀਕ ਆਂਗੀ ਠੀਕ ਹੈ ਹਾਂ ਠੀਕ ਆ ਜੀ ਬਸ ਮੈਂ ਥੋੜਾ ਚਿਰ ਦਮ ਲੈ ਲੈਣ ਦੇ ਹਾਂ ਜੀ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜੀ ਤੁਸੀਂ ਹੁਣੇ ਹੁਣੇ ਵੀਡੀਓ ਦੇਖ ਕੇ ਹਟੇ ਹੋ ਜੋ ਆਪਕੋ ਹਮਾਰੀ ਵੀਡੀਓ ਬੜੀਆ ਲੱਗੀ ਤਾਂ ਪਲੀਜ਼ ਸਬਸਕ੍ਰਾਈਬ ਔਰ ਲਾਈਕ ਜ਼ਰੂਰ ਕਰ ਦੇਣਾ ਤੇ ਇੱਕ ਗੱਲ ਹੋਰ ਹੈ ਜੇ ਇਹਨੂੰ ਵੱਧ ਤੋਂ ਵੱਧ ਸਪੋਰਟ ਕਰੋਗੇ ਵੱਧ ਤੋਂ ਵੱਧ ਸ਼ੇਅਰ ਕਰੋਗੇ ਤੇ ਸਾਨੂੰ ਕਮੈਂਟਾਂ 'ਚ ਦੱਸੋਗੇ ਵੀ ਇਹ ਤੁਹਾਨੂੰ ਪਾਰਟ ਕਿਵੇਂ ਲੱਗਿਆ ਫਿਰ ਆਪਾਂ ਇਹਦਾ ਅਗਲਾ ਪਾਰਟ ਬਣਾਵਾਂਗੇ ਇਹਦੂ ਵੀ ਚਿੱਬ ਕੱਢਵਾਂ ਪਰ ਇੱਕ ਗੱਲ ਰਹਿੰਦੀ ਹੋਰ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਜਮਾਂ ਨਹੀਂ ਭੁੱਲਣਾ ਦੇਸੀ ਮਸਤੀ ਟੀਮ ਆ
धन्यवाद। सारे ढंग।